ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਦਾ ਅਸਲੀ ਮਜ਼ਾ ਚੰਗੀ ਸਿਹਤ ਨਾਲ ਹੀ ਆਉਂਦਾ ਹੈ। ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਦੀ ਇੱਕ ਕੋਸ਼ਿਸ਼ ਚੰਗੀ ਸਿਹਤ ਵੱਲ, ਆਓ ਚੱਲਦੇ ਹਾਂ CCET ਕਾਲਜ ਸੈਕਟਰ 26 ਵਿਖੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸ਼ਬਨਮਪ੍ਰੀਤ ਕੌਰ ਹੈ। ਅਸੀਂ ਇੰਟਰਨੈਸ਼ਨਲ ਸਿੱਖ ਕੋਨਫੈਡਰੇਸ਼ਨ ਦੇ ਯੂਟਿਊਬ ਚੈਨਲ ਲਈ ਅੱਜ ਰਿਕਾਰਡਿੰਗ ਕਰਨ ਆਏ ਹਾਂ ਔਰਗੈਨਿਕ ਖੇਤੀ ਦੇ ਬਾਰੇ। ਅਤੇ ਸਾਡੇ ਨਾਲ ਔਰਗੈਨਿਕ ਖੇਤੀ ਦੇ ਐਕਟੀਵਿਸਟ ਨੇ ਮਿਸਿਜ਼ ਰਮਨ ਮਾਨ ਅਤੇ ਸਰਦਾਰ ਮੋਹਨਜੀਤ ਸਿੰਘ ਧਾਲੀਵਾਲ ਜੀ। ਅਤੇ ਇਹਨਾਂ ਨਾਲ ਅੱਜ ਅਸੀਂ ਇਹਨਾਂ ਦੇ ਵਿਚਾਰ ਜਾਣਾਂਗੇ ਔਰਗੈਨਿਕ ਖੇਤੀ ਦੇ ਬਾਰੇ। ਮੈਮ, ਤੁਸੀਂ ਥੋੜ੍ਹਾ ਜਿਹਾ ਜਾਣਨਾ ਪਾਓ ਔਰਗੈਨਿਕ ਖੇਤੀ ਹੁੰਦੀ ਕੀ ਐਕਚੁਅਲੀ? ਔਰਗੈਨਿਕ ਖੇਤੀ ਬਿਨਾਂ ਕੋਈ ਕੈਮੀਕਲ ਯੂਜ ਕੀਤੇ ਜਦ ਅਸੀਂ ਨੈਚੁਰਲ ਵੇ ਨਾਲ ਗਰੋ ਕਰ ਰਹੇ ਹਾਂ ਉਹਨੂੰ ਅਸੀਂ ਔਰਗੈਨਿਕ ਖੇਤੀ ਕਹਾਂਗੇ। ਪਰ ਟੋਟਲੀ ਨੈਚੁਰਲ ਨਹੀਂ ਹੁੰਦੀ ਹੈਗੀ। ਨੈਚੁਰਲ ਇਸ ਲਈ ਨਹੀਂ ਹੁੰਦੀ ਕਿਉਂਕਿ ਥੋੜ੍ਹਾ ਇਹਦੇ ਵਿੱਚ ਮੈਨ ਦਾ ਇਨਪੁੱਟ ਹੈ ਟੂ ਦ ਐਕਸਟੈਂਡ ਕਿ ਥੋੜ੍ਹੀ ਸੀ ਟੈਕਨੋਲੋਜੀ ਯੂਜ ਕਰਦੇ ਹਾਂ ਇਹਦੇ ਲਾਈਕ ਖਾਦ ਸਪੈਸ਼ਲੀ ਬਣਾਉਂਦੇ ਹਾਂ ਵਿਦ ਕਾਉ ਯੂਰਨ ਔਰ ਗੋਬਰ ਦੇ ਨਾਲ ਔਰ ਉਹ ਅਸੀਂ ਸਪਰੇਅ ਕਰਦੇ ਹਾਂ। ਸੋ ਦੈਟ ਇਜ਼ ਤੁਸੀਂ ਕਿੱਥੋਂ ਆਉਂਦੇ ਹੋ? ਮੈਂ ਵੀ ਰਿਹਾਇਸ਼ ਤਾਂ ਚੰਡੀਗੜ੍ਹ 'ਚ ਹੀ, ਮੋਹਾਲੀ 'ਚ ਰਹਿੰਦੇ ਅਸੀਂ, ਪਰ ਸਾਡੀ ਬੈਕਗਰਾਊਂਡ ਪਿੰਡ ਸਾਡਾ ਦਸੌਂਧਾ ਸਿੰਘ ਵਾਲਾ, ਡਿਸਟ੍ਰਿਕਟ ਸੰਗਰੂਰ। ਅਤੇ ਅਸੀਂ ਉੱਥੇ ਥੋੜ੍ਹੇ ਸਕੇਲ 'ਤੇ ਟਰਾਇਲ ਵਾਂਗੂ ਕੀਤਾ, ਕਾਫੀ ਫਾਰਮਿੰਗ ਕਾਫੀ ਸਕਸੈਸਫੁਲ ਆ, ਥੋੜ੍ਹੀ ਮਾਰਕੀਟਿੰਗ ਦੀ ਪ੍ਰੋਬਲਮ ਸੀ, ਉਹ ਹੌਲੀ ਹੌਲੀ ਹੁਣ ਜਿਵੇਂ ਅਸੀਂ ਲੱਗਿਆ ਅੱਜ ਇਹਦੇ ਨਾਲ ਹੌਲੀ ਹੌਲੀ ਉਹ ਵੀ ਸੋਲਵ ਹੋ ਰਹੀ ਹੈ। ਕਦੋਂ ਤੋਂ ਪ੍ਰੈਕਟਿਸ ਕਰ ਰਹੇ ਹੋ ਤੁਸੀਂ? ਮੈਨੂੰ ਅਰਾਊਂਡ 4 ਈਅਰਸ ਤੋਂ ਕਰ ਰਹੇ ਹਾਂ, ਵੈਜੀਟੇਬਲਸ ਦੇ ਫਾਰਮਿੰਗ ਕਰ ਰਹੇ ਹਾਂ। ਅਤੇ ਕੁਛ ਸਕੇਲ ਛੋਟਾ ਵੀ ਕੀਤਾ ਸੀ ਵਿੱਚ, ਪਰ ਹੁਣ ਪਿਛਲੇ ਸਾਲ 1.5 ਸਾਲ ਤੋਂ ਕਾਫੀ ਨਵੇਂ ਫਾਰਮਰਸ ਆ ਗਏ ਨੇ ਤਾਂ ਮਾਰਕੀਟਸ ਲਗਾਉਣ ਜੋਗੇ ਹੋ ਗਿਆ ਸੀ ਅਤੇ ਹੁਣ ਇਹ ਫਿਰ ਦੁਬਾਰਾ ਤੋਂ ਉੱਠ ਰਹੀ ਹੈ। ਮੈਮ, ਤੁਸੀਂ ਡੇਲੀ ਫਾਰਮਰਸ ਨੂੰ ਮਿਲਦੇ ਹੋਵੋਗੇ, ਉਹ ਦੱਸਦੇ ਹੋਣਗੇ ਕਿ ਫਾਇਦੇ ਔਰਗੈਨਿਕ ਫਾਰਮਿੰਗ ਦੇ ਕੀ ਹੈ ਜਾਂ ਉਹਨਾਂ ਨੂੰ ਕੀ ਫਾਇਦਾ ਹੋ ਰਿਹਾ ਪ੍ਰੋਡਿਊਸ ਤੋਂ? ਉਹਨਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਇਹ ਹੋ ਰਿਹਾ ਕਿ ਇਨਪੁੱਟਸ ਉਹਨਾਂ ਦੀਆਂ ਜਿਹੜੀ ਕੈਮੀਕਲ ਫਾਰਮਿੰਗ 'ਚ ਜ਼ਿਆਦਾ ਇਨਕਰੀਜ਼ ਹੁੰਦੀ ਹੈ ਉਹ ਘੱਟ ਜਾਂਦੀ ਹੈ, ਉਹਨਾਂ ਦਾ ਕੋਸਟ ਲੈਸ ਹੋ ਜਾਂਦਾ ਹੈ ਉਹਦੇ ਵਿੱਚ। ਪਰ ਇਹਦੇ ਵਿੱਚ ਲੇਬਰ ਔਰ ਮੈਨ ਪਾਵਰ ਜ਼ਿਆਦਾ ਇਸਤੇਮਾਲ ਹੁੰਦਾ ਹੈ ਅਤੇ ਉਹਦੇ ਨਾਲ ਕੋਸਟ ਥੋੜ੍ਹਾ ਇਨਕਰੀਜ਼ ਹੋ ਜਾਂਦਾ ਹੈ। ਔਲਸੋ ਜਿਹੜਾ ਪੱਕਣ ਦਾ ਸੀਜ਼ਨ ਹੈਗਾ ਉਹ ਜ਼ਿਆਦਾ ਲੰਬਾ ਹੋ ਜਾਂਦਾ ਹੈ, ਉਹਦੇ ਨਾਲ ਨਿਊਟ੍ਰੀਸ਼ਨ ਵੱਧ ਜਾਂਦੀ ਹੈ। ਅਤੇ ਉਹੀ ਗੱਲ ਕਰ ਰਹੇ ਸੀਗੇ ਕਿ ਜਿਹੜੀ ਗਰੋਥ ਆ ਉਹ ਓਵਰਆਲ ਗਰੋਥ ਬਹੁਤ ਜ਼ਿਆਦਾ ਹੁੰਦੀ ਆ ਔਰਗੈਨਿਕ ਦੇ ਵਿੱਚ। ਲੋਕ ਸਿਰਫ ਪੈਸੇ ਨੂੰ ਲੈ ਕੇ ਨਹੀਂ ਆ ਰਹੇ, ਉਹ ਹੈਲਥ ਕੌਂਸ਼ੀਅਸ ਲੋਕ ਆ ਰਹੇ ਨੇ, ਸਪਿਰਿਚੁਅਲ ਗਰੋਥ ਹੋ ਰਹੀ ਆ। ਬਾਕੀ ਇਹਦਾ ਇੱਕ ਸਭ ਤੋਂ ਵਧੀਆ ਇੰਪੈਕਟ ਅਸੀਂ ਇਹ ਦੇਖ ਰਹੇ ਹਾਂ ਕਿ ਜਿੰਨੀ ਵੀ ਸਾਡੀ ਟੀਮਸ ਨੇ ਜਾਂ ਕੋਈ ਫਾਰਮਰਸ ਨੇ ਜਾਂ ਕੋਈ ਸਾਨੂੰ ਸਿਖਾਉਣ ਆ ਰਹੇ ਨੇ ਜਾਂ ਸਾਡੇ ਨਾਲ ਜੋ ਕੰਜ਼ਿਊਮਰਸ ਵੀ ਨੇ ਉਹ ਵੀ ਬੜੇ ਮੈਚਿਓਰ ਅਤੇ ਸਪਿਰਿਚੁਅਲੀ ਗਰੋਨ ਲੋਕ ਹੀ ਜੁੜਦੇ ਨੇ। ਮਤਲਬ ਕਿ ਇਹਦੇ 'ਚ ਕੋਈ ਖਿੱਚ ਪਿੱਚ 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 ਲੜਾਈ ਝਗੜੇ ਵਾਲਾ ਕੰਮ ਨਹੀਂ ਹੈਗਾ, ਨੀਟ ਐਂਡ ਕਲੀਨ, ਸਾਫ਼ ਸੁਥਰਾ, 4 ਪੈਸੇ ਘੱਟ ਆ ਜਾਣ ਕੋਈ ਰੌਲਾ ਨਹੀਂ, ਪਰ ਕੋਈ ਵੀ ਕਿਸੇ ਨੂੰ ਲੈ ਕੇ ਕਿਸੇ ਨਾਲ ਕੋਈ ਰੰਜਿਸ਼ ਵਾਲਾ ਕੰਮ ਨਹੀਂ, ਬਹੁਤ ਪਿਆਰ ਮੁਹੱਬਤ ਨਾਲ ਸਾਰੇ ਮਿਲ ਜੁਲ ਕੇ ਕੰਮ ਕਰਦੇ। ਅਤੇ ਮਾਰਕੀਟਿੰਗ ਵਾਸਤੇ ਕਾਫ਼ੀ ਹੁਣ ਕੁਛ ਕੀਤਾ ਅਤੇ ਹੁਣ ਰਮਨ ਮੈਡਮ ਨੇ ਜਿਵੇਂ ਨੀਟਰ ਵਾਲਿਆਂ ਨੇ ਮਾਰਕੀਟ ਲਗਵਾਈ ਆ, ਆਪਣੇ ਰੋਏ ਜੀ ਨੇ ਇਹਨਾਂ ਨੇ ਮਾਰਕੀਟ ਲਗਵਾਈ ਹੈ, ਅਤੇ ਫਿਰ ਇੱਕ ਹੁਣ KVM ਨੇ ਉਹਨਾਂ ਨੇ 2 ਮਾਰਕੀਟਸ ਉਹਨਾਂ ਨੇ ਲਗਵਾਤੀਆਂ ਨੇ, ਤਾਂ ਇਹ ਬੈਨੀਫਿਟ ਆ ਰਿਹਾ ਜੀ ਇਹਦੇ ਨਾਲ ਹੌਲੀ ਹੌਲੀ। ਹੁਣ ਕੁਛ ਅਸੀਂ ਵੀ ਫਾਰਮਰਸ ਵੀ ਅਸੀਂ ਆਪਣਾ ਮਿਲ ਕੇ ਇੱਕ ਸੁਸਾਇਟੀਜ਼ ਬਣਾਉਣ ਲੱਗ ਗਏ ਹਾਂ, ਇੱਕ ਨਾਭਾ ਵਾਲੇ ਆਏ ਨੇ, ਨਾਭੇ ਦੀ ਸੁਸਾਇਟੀ ਆ ਅਸੀਂ ਬਣਾਈ ਆ ਮੋਹਾਲੀ ਵਾਲੇ ਨੇ ਫਾਰਮਰਸ ਫੋਰ ਸੇਫ ਫੂਡ, ਅਤੇ ਉਹਦੇ 'ਚ ਅਸੀਂ ਫਾਰਮਰਸ ਮਿਲ ਕੇ ਆਪਣਾ ਖੁਦ ਪ੍ਰੋਡਿਊਸ ਸੈਲ ਕਰ ਰਹੇ ਹਾਂ। ਉਹਦੇ 'ਚ ਇਹ ਕਿ ਸਾਡਾ ਪ੍ਰੋਡਿਊਸ ਸਾਨੂੰ ਖਰਚਾ ਘੱਟ ਪੈ ਜਾਂਦਾ, ਅਸੀਂ ਇਕੱਠੇ ਰਲ ਜਾਂਦੇ ਹਾਂ 6-7 ਜਣੇ ਮਿਲ ਕੇ ਇਕੱਠਾ ਸੈਲ ਕਰਦੇ, ਸਾਨੂੰ ਖਰਚਾ ਥੋੜ੍ਹਾ ਘੱਟ ਜਾਂਦਾ, ਥੋੜ੍ਹਾ ਵੈਲ ਔਰਗਨਾਈਜ਼ ਹੋ ਜਾਂਦੇ ਹਾਂ ਅਸੀਂ, ਉਹਦੇ ਨਾਲ ਸਾਨੂੰ ਹੁਣ ਔਰਗਨਾਈਜ਼ ਹੋਣਾ ਬਹੁਤ ਜ਼ਰੂਰੀ ਹੈ। ਹਾਂਜੀ, ਅੱਜ ਤੁਹਾਨੂੰ ਆਪਣੀ ਮਾਰਕੀਟ ਦਿਖਾਉਣੀ ਹੈ ਤੁਹਾਨੂੰ ਸਾਰਾ। ਇਹ ਹੈਗਾ ਜੀ ਸਟੋਲ ਆਪਣਾ ਫਾਰਮਰਸ ਫੋਰ ਸੇਫ ਫੂਡ ਆ, ਇਹ ਆਪਣੇ ਮੈਂ ਇਹਦਾ ਮੈਂਬਰ ਹਾਂ ਜੀ। ਇਹ ਅਸੀਂ ਆਪਣੇ ਮੋਹਾਲੀ ਦੇ ਮੋਸਟਲੀ ਫਾਰਮਰਸ ਨੇ ਅਤੇ ਅਸੀਂ ਆਪਣਾ ਮਿਲ ਜੁਲ ਕੇ ਆਪਣਾ ਖੁਦ ਇਹਨੂੰ ਕਰਦੇ ਹਾਂ, ਸੈਲ ਕਰਦੇ ਹਾਂ। ਇਹ ਆਪਣੇ ਹਰਸ਼ਰਨ ਜੀ ਨੇ, ਇਹ UNO ਦੇ ਵਿੱਚੋਂ ਜੋਬ ਛੱਡ ਕੇ ਆ ਕੇ ਉਰੇ ਕਰ ਰਹੇ ਨੇ, ਅਤੇ ਇਹ ਮਨਜੀਤ ਜੀ ਨੇ, ਇਹ ਇੰਜੀਨੀਅਰ ਨੇ, ਅਤੇ ਇਹਨਾਂ ਦੀ ਥੋੜ੍ਹੇ ਟਾਈਮ ਪਹਿਲਾਂ ਨਿਊਜ਼ ਆਈ ਸੀ 22 ਲੱਖ ਦਾ ਪੈਕੇਜ ਛੱਡ ਕੇ ਔਰਗੈਨਿਕ ਫਾਰਮਿੰਗ ਚ ਆ ਰਹੇ ਨੇ। ਨਾਭਾ ਫਾਊਂਡੇਸ਼ਨ ਅਤੇ ਇਹਨੇ ਜ਼ਿਆਦਾ ਇਹ ਇਹਨਾਂ ਦੇ ਵਿੱਚ ਉਤਸਾਹ ਕਿ ਡੈਡੀ ਅੱਜ ਨਾਭੇ ਤੋਂ ਚੰਡੀਗੜ੍ਹ ਸਾਈਕਲ ਤੇ ਇਹ ਸਮਾਨ ਵੇਚ ਗਈ ਆ। ਦੇਖੋ ਇਹ ਡੈਡੀਕੇਸ਼ਨ ਹੈਗੀ, ਇਹ ਸਪਿਰਚੁਅਲ ਤੇ ਫਿਜ਼ੀਕਲ ਗਰੋਥ ਦਾ ਐਗਜ਼ਾਮਪਲ ਆ ਜੀ। ਸਾਗ ਬਣਾਇਆ ਜੀ, ਇਹ ਸ਼ੱਕਰ ਜੀ, ਇਹਨਾਂ ਦੀ ਸ਼ੱਕਰ ਬਹੁਤ ਫੇਮਸ ਆ ਜੀ, ਗੁੜ ਸ਼ੱਕਰ।
ਬਿਸਕਿਟ ਬਣਾਏ ਸੀਗੇ ਮਲਟੀਗ੍ਰੇਨ ਆਟਾ ਸ਼ੱਕਰ ਤੇ ਦੇਸੀ ਘਿਓ ਤੇ ਉਹ 100 ਰੁਪਏ ਦਾ ਪੈਕਟ ਸੀਗਾ ਤੇ ਉਹ ਇੰਨਾ ਕੁ ਵਿਕਿਆ ਮਤਲਬ ਕਿ ਉਹਨਾਂ ਦੇ ਹੱਥ ਖੜੇ ਹੋ ਗਏ ਉਹ ਮੇਲਾ ਲੱਗਿਆ ਸੀ ਉੱਥੇ ਉਹਨਾਂ ਦੇ ਹੱਥ ਖੜੇ ਹੋ ਗਏ ਤੇ ਕਸਟਮਰ ਕਹੀ ਜਾਂਦੇ ਸਾਨੂੰ ਜਿਹਨੇ ਮਰਜ਼ੀ ਦੇ ਦਿਓ ਮਤਲਬ ਇਸ ਟਾਈਪ ਦੇ ਬੜੇ ਵਧੀਆ ਇਸ ਟਾਈਪ ਦੇ ਰਮਨ ਮੈਡਮ ਦਾ ਫਾਰਮ ਬਿਲਕੁਲ ਜੰਗਲ ਦੇ ਕੰਢੇ ਤੇ ਆਈ ਤੁਸੀਂ ਜਾਓ ਕਦੀ ਰਾਤ ਨੂੰ ਉੱਥੇ ਤੁਹਾਨੂੰ ਹਿਰਨ ਮਿਲਣਗੇ ਸਾਰਾ ਕੁਝ 12 ਸਿੰਘ ਹੋਣਗੇ ਪਰ ਮੈਡਮ ਨੇ ਬੜਾ ਹਿਸਾਬ ਰੱਖਿਆ ਸੀ ਮੈਡਮ ਕਹਿੰਦੇ ਉਹਨਾਂ ਦਾ ਖਾਣਾ ਉਹਨਾਂ ਨੇ ਖਾਣਾ ਮੈਂ ਆਪਣਾ ਖਾਣਾ ਇਹ ਟੇਬਲ ਰੈਡੀ ਸ਼ਾਹੀ ਇਹ ਹੈਗਾ ਜੀ ਸ਼ਿਵਰਾਜ ਦਾ ਫਾਰਮ ਹੈ ਉਹਦੇ ਕਿਸ਼ਨਗੜ੍ਹ 'ਚ ਅਤੇ ਉਹ ਆਪਣੇ ਬਾਈ ਜੀ ਥੋੜ੍ਹਾ ਗਏ ਹੋਏ ਨੇ ਇਸ ਟਾਈਮ ਬਾਹਰ ਉਹ ਵੀ ਆਉਂਦੇ ਹੁੰਦੇ ਨੇ ਅਤੇ ਉਹਨਾਂ ਦੇ ਇੰਪਲੋਈ ਨੇ ਇਹ ਇਹਨਾਂ ਦਾ ਇਹ ਬਹੁਤ ਨੇੜੋ ਵੀ ਨੇ ਅਤੇ ਇਹਨਾਂ ਦੀ ਖਾਸੀਅਤ ਹੈ ਇਹਨਾਂ ਦੀ ਸਬਜ਼ੀ ਕਦੀ ਬ੍ਰੇਕ ਨਹੀਂ ਹੁੰਦੀ ਇਹਨਾਂ ਨੇ ਇੱਕ ਕਹਿ ਲਓ ਕਿ ਸਾਡੀ ਮਾਰਕੀਟ ਦੀ ਪਲਸ ਲਾਈਨ ਆ ਕਿ ਕਿਸੇ ਕੋਲ ਸਬਜ਼ੀ ਹੋਵੇ ਨਾ ਹੋਵੇ ਇਹਨਾਂ ਨੇ ਇੰਨੀ ਰੈਗੂਲਰਿਟੀ ਨਾਲ ਗਰੋ ਕਰਦੇ ਨੇ ਕਿ ਉਹ ਹਮੇਸ਼ਾ ਇਹਨਾਂ ਕੋਲ ਹਮੇਸ਼ਾ ਕੁਛ ਨਾ ਕੁਛ ਅਵੇਲੇਬਲ ਹੋਊਗਾ ਬਾਕੀਆਂ ਦਾ ਜਿਵੇਂ ਥੋੜ੍ਹਾ ਬਲਬ 'ਚ ਆਉਂਦਾ ਅਤੇ ਇਹ ਬਹੁਤ ਸਿਸਟਮੈਟਿਕਲੀ ਫਾਰਮਿੰਗ ਇਹਨਾਂ ਦੀ ਬੜੀ ਪਲੈਨਡ ਫਾਰਮਿੰਗ ਕਿ ਹਮੇਸ਼ਾ ਕੁਛ ਨਾ ਕੁਛ ਮਿਲਦੇ ਰਹਿਣਗੇ ਅਤੇ ਆਪਣੇ ਸੁੱਖੀ ਲਾਉਂਦੀ ਹੈ ਜੀ ਅਤੇ ਇਹ ਜਿਵੇਂ ਤੁਹਾਨੂੰ ਪਿੱਛੇ ਦਿਖਾਈ ਚੇਨ ਕਿ ਸਾਰੇ ਅਰਬਨ ਫਾਰਮਰ ਨੇ ਆਪਣੇ ਵੀਰ ਜੀ ਜਰਮਨ ਤੋਂ ਆਏ ਨੇ ਦੇਖ ਲਓ ਜਰਮਨ ਤੋਂ ਛੱਡ ਕੇ ਫਾਰਮਿੰਗ 'ਚ ਆ ਗਏ ਦੁਬਾਰਾ ਤੋਂ ਅਤੇ ਵੀਰ ਜੀ ਦੱਸੋ ਆਪਣੇ ਫਾਰਮ ਬਾਰੇ ਥੋੜ੍ਹਾ ਜਿਹਾ 14 ਏਕੜ ਸਾਡੇ ਕੋਲ ਹੈਗੀ ਹੈ ਜ਼ਮੀਨ ਸਕਰੋਲਾਪੁਰ ਹੈ ਘੜੂਆ ਦੇ ਨਾਲ ਪਿੰਡ ਹੈਗਾ ਸਕਰੋਲਾਪੁਰ ਖਰੜ ਤੋਂ ਵੀ ਚਲ ਜਾਂਦੇ ਹਾਂ ਚੋਲਟੀ ਵਾਲੀ ਸੜਕ ਤੋਂ ਵੀ ਚਲ ਜਾਂਦੇ ਹਾਂ ਸੋ ਉੱਥੇ 14 ਏਕੜ ਨੇ ਸਾਡੇ ਉਹਦੇ 'ਚੋਂ ਮੈਂ ਹੁਣ 4 ਤੋਂ 5 ਏਕੜ ਸਬਜ਼ੀ ਕਰ ਮੇਨ ਬਿਜ਼ਨਸ ਇਹਦਾ ਹੈਗਾ ਉਹ ਹੈਗਾ ਹੋਮ ਡਿਲੀਵਰੀ ਵਟਸਐਪ 'ਤੇ ਮੇਰਾ ਗਰੁੱਪ ਹੈ ਸੋ ਆਈ ਕਲੈਕਟ ਦਾ ਆਰਡਰਸ ਫਰੋਮ ਦੇਮ ਉੱਥੋਂ ਦੀ ਫਿਰ ਮੈਂ ਹੋਮ ਡਿਲੀਵਰੀ ਕਰਦਾ ਟ੍ਰਾਈ ਸਿਟੀ ਚੰਡੀਗੜ੍ਹ ਮੋਹਾਲੀ ਵਿੱਚ ਟ੍ਰਾਈ ਸਿਟੀ ਦੇ ਵਿੱਚ ਹਾਂਜੀ ਸਾਰੇ ਸਾਰੇ ਵੀਕਡੇਜ਼ ਹਾਂਜੀ ਜਦੋਂ ਮੇਰੇ ਕੋਲ ਜੋ ਪ੍ਰੋਡਿਊਸ ਹੋਏਗੀ ਮੈਂ ਉਹਦੇ 'ਤੇ ਗਰੁੱਪ ਦੇ ਵਿੱਚ ਦੱਸ ਸਕਦਾ ਉਹਦੇ ਅਕੋਰਡਿੰਗਲੀ ਆਰਡਰ ਆਏਗਾ ਥੈਂਕ ਯੂ ਵੈਰੀ ਮਚ ਦਰਸ਼ਨ ਸਿੰਘ ਜੀ ਦਾ ਫਾਰਮ ਆਪਣੇ ਨੂਰਪੁਰ ਬੇਦੀ ਮੈਡਮ ਦੱਸੋ ਥੋੜ੍ਹਾ ਆਪਣੇ ਫਾਰਮ ਬਾਰੇ ਮੈਂ ਤਾਂ ਐਜ ਅ ਵਲੰਟੀਅਰ ਹੀ ਆਈ ਹਾਂ ਮੇਰੇ ਆਂਟੀ ਜੀ ਦਾ ਫਾਰਮ ਹੈਗਾ ਨੂਰਪੁਰ ਬੇਦੀ ਅਤੇ ਉਹ ਫਰੈਂਚ ਮੈਨ ਹੈਗੇ ਨੇ ਜਿਹੜੇ ਕਿ ਸਿੱਖ ਕਨਵਰਟ ਹੈ ਤੁਸੀਂ ਸੁਣਿਆ ਹੀ ਹੋਣਾ ਦਰਸ਼ਨ ਸਿੰਘ ਰੁਡੈਲ ਅਤੇ ਪਿਛਲੇ 20 ਸਾਲ ਤੋਂ ਮਤਲਬ ਟੋਟਲੀ 100% ਔਰਗੈਨਿਕ ਖੇਤੀ ਕਰਦੇ ਪਏ ਨੇ ਉਹ ਅਤੇ ਉਹਨਾਂ ਦੀ ਵਾਈਫ ਇੱਥੇ ਪ੍ਰੋਡਿਊਸ ਲਿਆਉਂਦੇ ਆ ਅਤੇ ਉਹਨਾਂ ਨਾਲ ਅਸੀਂ ਐਜ਼ ਅ ਹੈਲਪ ਆ ਜਾਂਦੇ ਹੁੰਦੇ ਹਾਂ ਬਾਕੀ ਇਹ ਹੈ ਕਿ ਬਸ ਇਹ ਹੈ ਕਿ ਕਿਉਂਕਿ ਸਾਡਾ ਵਾਤਾਵਰਨ ਸਾਡੀ ਸਿਹਤ ਅਤੇ ਸਾਡੀ ਸੋਚ ਮਤਲਬ ਕੀ ਨਹੀਂ ਫਰਕ ਪੈ ਰਿਹਾ ਔਰਗੈਨਿਕ ਫੂਡ ਦੇ ਨਾਲ ਨਾ ਮਤਲਬ ਅਸੀਂ ਇੱਥੇ ਇੰਜੋਏ ਕਰਦੇ ਹਾਂ ਇੱਥੇ ਆ ਕੇ ਇੰਨੀ ਪੋਜ਼ਿਟਿਵ ਐਨਰਜੀ ਮਿਲਦੀ ਹੈ ਸੁਖਵਿੰਦਰ ਸਿੰਘ ਜੀ ਨਹੀਂ ਇਹ ਆਪਣੇ ਗਾਇਆਂ ਦੇ ਦੁੱਧ ਇਹਨਾਂ ਦਾ ਇਹ ਸਾਰਾ ਡਿਲੀਵਰ ਕਰਦੇ ਨੇ ਸੁਖਵਿੰਦਰ ਜੀ ਥੋੜ੍ਹਾ ਦੱਸੋ ਆਪਣੇ ਫਾਰਮ ਬਾਰੇ ਅਤੇ ਆਪਣੇ ਇਹਦੇ ਔਰਗੈਨਿਕ ਬਾਰੇ ਅਤੇ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਵਿਲੇਜ ਦਾ ਮੇਰੀ ਡਿਸਟ੍ਰਿਕਟ ਪਟਿਆਲਾ ਸਾਹਿਬ ਜੀ ਅਤੇ 3 ਯੀਅਰ ਮੈਨੂੰ ਬਾਬਾ ਹੋ ਗਿਆ ਔਰਗੈਨਿਕ ਫਾਰਮਿੰਗ ਕਰਦੇ ਨੇ ਦੇਸੀ ਗਾਵਾਂ ਮੈਂ ਕਰਦਾ ਖੇਤੀ ਵੀ ਗੋਬਰ ਮੁੱਤਰ ਨਾਲ ਨਾ ਕੋਈ ਜੈਵਿਕ ਖਾਦ ਅਤੇ ਨਾ ਕੋਈ ਗੰਡੇ ਖੇਤੀ ਖਾਲੀ ਮੇਰਾ ਨਾਮ ਹਰਜਿੰਦਰ ਸਿੰਘ ਸ਼ੇਰਗਿੱਲ ਜ਼ਿਲ੍ਹਾ ਮੋਹਾਲੀ ਜੀ ਅਤੇ ਮੈਂ 2009 ਤੋਂ ਔਰਗੈਨਿਕ ਖੇਤੀ ਕਰ ਰਿਹਾ ਜਿਹੜਾ ਬੀ ਕੀਪਿੰਗ ਦਾ ਹੈਗਾ ਇਹ ਤੁਹਾਨੂੰ ਕਾਫੀ 1984 ਤੋਂ ਰਿਲਾਇੰਸ ਹੈ ਔਰਗੈਨਿਕ ਖੇਤੀ ਬਾਰੇ ਅਸੀਂ ਮਾੜਾ ਮੋਟਾ ਪਹਿਲਾਂ ਟੈਲੀ ਟੂਲੀ ਵੀ ਜਾਂਦੇ ਦੇਖੇ ਦਾ ਜੀ ਫਿਰ ਪਿੰਗਲਵਾੜੇ ਵਾਲਿਆਂ ਦਾ ਜਾ ਕੇ ਅਸੀਂ ਟੂਰ ਕਰਕਾਂ ਮਤਲਬ ਜਿਹੜਾ ਅੰਮ੍ਰਿਤਸਰ ਹੈਗਾ ਅਤੇ ਉਹ ਤੋਂ ਬਾਅਦ ਹੋਰ ਵੀ ਕਾਫੀ ਜਗ੍ਹਾ ਫਿਰ ਇਹਦੇ ਬਾਰੇ ਦੇਖ ਕੇ ਉਹ ਤੋਂ ਬਾਅਦ ਫਿਰ ਸਟਾਰਟ ਤੁਹਾਨੂੰ ਫਾਇਦਾ ਮਿਲ ਰਿਹਾ ਕੁਝ
ਹੁਣ ਸਾਨੂੰ ਸਾਨੂੰ ਜਦੋਂ ਆਹ ਮਾਰਕੀਟਿੰਗ ਸਾਡੀ ਸ਼ੁਰੂ ਹੋਈ ਹੈ ਇਹਦੇ ਨਾਲ ਕੁਛ ਫਾਇਦਾ ਹੋਇਆ ਜਾਣੀ, ਪਰ ਪਹਿਲਾਂ ਸਾਡੀ ਜਿਹੜੀ ਸ਼ਹਿਰ ਦੀ ਮਾਰਕੀਟਿੰਗ ਡਾਇਰੈਕਟ ਮਾਰਕੀਟਿੰਗ ਚੰਡੀਗੜ੍ਹ ਚ ਹੋਣ ਕਰਕੇ ਮਤਲਬ ਸਾਡੇ ਪ੍ਰੋਡਕਟ ਵਿਕਣ 'ਚ ਸਾਨੂੰ ਜਿਹੜੀ ਪ੍ਰੋਬਲਮ ਫਿਰ ਵੀ ਘੱਟ ਆਈ ਹੈ ਆਮ ਲੋਕਾਂ ਦਾ, ਕਿਉਂਕਿ ਅਸੀਂ ਹਲਦੀ ਦਾ ਪਹਿਲਾਂ ਸਟਾਰਟ ਕਰੇ ਸਭ ਤੋਂ ਪਹਿਲਾਂ ਹਾਂਜੀ ਸਭ ਤੋਂ ਪਹਿਲਾਂ ਹਲਦੀ ਦਾ, ਹਲਦੀ 'ਤੇ ਸਪਰੇਹਾਂ ਸਪਰੂਹਾਂ ਘੱਟ ਹੁੰਦੀਆਂ, ਬਹੁਤ ਲੋੜ ਹੀ ਨਹੀਂ ਪੈਂਦੀ ਸਪਰੇਹ ਦੀ ਹਲਦੀ 'ਤੇ। ਲਓ ਜੀ ਹੁਣ ਅਸੀਂ ਕਿਸਾਨਾਂ ਨਾਲ ਗੱਲ ਕੀਤੀ ਅਤੇ ਅਸੀਂ ਉਹਨਾਂ ਦੇ ਵਿਚਾਰ ਜਾਣੇ ਔਰਗੈਨਿਕ ਖੇਤੀ ਦੇ ਬਾਰੇ। ਕਿਸਾਨਾਂ ਨੂੰ ਅੰਨਦਾਤਾ ਕਿਹਾ ਜਾਂਦਾ ਹੈ ਅਤੇ ਮੈਂ ਇਹ ਉਮੀਦ ਕਰਦੀ ਹਾਂ ਕਿ ਅਸੀਂ ਅੰਨਦਾਤਾ ਨੂੰ ਉਹਦੇ ਅਸਲੀ ਮੁਕਾਮ ਤੱਕ ਲੈ ਕੇ ਜਾਵਾਂਗੇ ਅਤੇ ਅਸੀਂ ਆਉਣ ਵਾਲੀਆਂ ਆਪਣੀਆਂ ਫਿਊਚਰ ਜਨਰੇਸ਼ਨਸ ਨੂੰ ਵੀ ਇੱਕ ਸੇਫ ਅਤੇ ਵਧੀਆ ਭਵਿੱਖ ਦੇਵਾਂਗੇ, ਉਹਨਾਂ ਨੂੰ ਵਧੀਆ ਨਿਊਟ੍ਰੀਸ਼ਨ ਦੇਵਾਂਗੇ। ਅਤੇ ਇਸੇ ਦੇ ਨਾਲ ਮੈਂ ਇਜਾਜ਼ਤ ਚਾਹੁੰਦੀ ਹਾਂ, ਫਿਰ ਦੁਬਾਰਾ ਹਾਜ਼ਰ ਹੋਵਾਂਗੇ ਇੱਕ ਨਵਾਂ ਟੌਪਿਕ ਲੈ ਕੇ। ਧੰਨਵਾਦ। ਸਾਡੇ ਸੁਣਨ ਵਾਲਿਆਂ ਦੀ ਪਾਰਟਿਸਿਪੇਸ਼ਨ ਦਾ ਸਵਾਗਤ ਹੈ। ਸਿੱਖ ਵੈਲਿਊਜ਼ ਨੂੰ ਉਜਾਗਰ ਕਰਨ ਵਾਲੇ ਪ੍ਰੋਗਰਾਮ ਅਸੀਂ ਲਗਾਤਾਰ ਬਣਾਵਾਂਗੇ, ਜਿਵੇਂ ਕਿ ਇੰਟਰਵਿਊਜ਼ ਵਿਦ ਪ੍ਰੋਮੀਨੈਂਟ ਸਿੱਖ ਪਰਸਨੈਲਿਟੀਜ਼, ਟਾਕਸ ਐਂਡ ਡਿਸਕਸ਼ਨਸ, ਰਾਗਾਂ ਤੇ ਆਧਾਰਿਤ ਗੁਰਬਾਣੀ ਦਾ ਰਸ ਭਿੰਨਾ ਕੀਰਤਨ। ਟੈਲੈਂਟਡ ਸਿੱਖਸ ਇਨ ਆਲ ਫੀਲਡਸ ਆਫ ਲਾਈਫ ਵਿਲ ਬੀ ਪ੍ਰੋਜੈਕਟਡ। ਇਸ ਪ੍ਰਯੋਜਨ ਵਿੱਚ ਸਾਡਾ ਕੋਈ ਨਿੱਜੀ ਸਵਾਰਥ ਨਹੀਂ ਹੈ ਤੇ ਨਾ ਹੀ ਕੋਈ ਦਿਖਾਵਾ। ਆਪਣੀ ਕੌਮ ਸਿੱਖ ਪੰਥ ਦੀ ਸੇਵਾ ਹਿੱਤ ਇਹ ਨਿੱਕਾ ਜਿਹਾ ਫਰਜ਼ ਅਦਾ ਕਰਨ ਦਾ ਇੱਕ ਤਰਲਾ ਹੈ।